ਇੱਕ ਸੰਗਰੂਰ ਦੇ ਪਿੰਡ 'ਚ ਸ਼ੂਟ ਕਰ ਰਹੇ ਹਾਂ, ਸੋ ਭੂਆ ਜੀ ਦੀ ਗੱਲ ਚੱਲ ਰਹੀ ਸੀ ਫਿਲਮ 'ਚ, ਮੇਰੇ ਭੂਆ ਜੀ ਬਣੇ ਨੇ ਜੀ, ਔਰ ਬਹੁਤ ਅੱਛੀ ਫਿਲਮ ਹੈ ਜੀ, ਗੋਇਲ ਪਿਕਚਰਸ ਵੱਲੋਂ ਬਣਾਈ ਗਈ ਆ, ਰਕੇਸ਼ ਧਮਨ ਹੁਣਾਂ ਨੇ ਇਹਨੂੰ ਲਿਖਿਆ ਔਰ ਸੁਨੀਲ ਜੀ ਇਸ ਫਿਲਮ ਦੇ ਡਾਇਰੈਕਟਰ ਨੇ, ਔਰ ਬਹੁਤ ਵੱਡੀ ਸਟਾਰ ਕਾਸਟ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ, ਜਿਨ੍ਹਾਂ ਦੇ ਨਾਲ ਅੱਜ ਤੱਕ ਸਾਰਿਆਂ ਦਾ ਰੂਪ ਪਰਾਉਣਗੇ। ਆਈ ਐਮ ਫੀਲਿੰਗ ਵੈਰੀ ਲੱਕੀ ਕਿ ਮੈਂ ਇੰਨੇ ਵਧੀਆ ਲੋਕਾਂ ਦੇ ਨਾਲ ਕੰਮ ਕਰ ਰਹੀ ਹਾਂ, ਔਰ ਸ਼ੈਰੀ ਦੇ ਨਾਲ ਸਾਰਿਆਂ ਦੇ ਨਾਲ ਕੰਮ ਕਰਨ ਦਾ ਮੇਰਾ ਐਕਸਪੀਰੀਅੰਸ ਜਿਹੜਾ ਉਹ ਬਹੁਤ ਵਧੀਆ ਲੱਗਾ, ਬਹੁਤ ਵਧੀਆ ਰਿਹਾ, ਔਰ ਗੁੱਡ ਲੱਕ ਟੂ ਸ਼ੈਰੀ ਐਂਡ ਆਲ ਦਾ ਪੀਪਲ ਜਿਹੜੇ ਇਸ ਸਾਰੀ ਫਿਲਮ ਦੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ। ਅੱਛਾ, ਹੁਣ ਆਪਣੀ ਸਾਰਿਆਂ ਦੀ ਬੇਬੇ, ਸਤਿ ਸ਼੍ਰੀ ਅਕਾਲ ਜੀ ਬੇਬੇ, ਆ ਦੇਖਦੇ ਆਪਾਂ ਨੂੰ ਇੰਨੇ ਬੰਦੇ ਦੇਖਦੇ ਆ, ਕੁਛ ਕਹਿਣਾ ਚਾਹੂੰਗਾ। ਇੰਨੇ ਤਾਂ ਦੇਖੀ ਜਾਂਦੇ ਨੇ ਭਾਈ, ਮੈਰਿਜ ਵਾਲੇ ਸੀ ਬੁੱਕ ਕਰਵਾ ਲਿਓ 28 ਤੋਂ, ਹਾਂ ਵੀ ਇੱਥੇ ਤਾਂ ਦੇਖੀ ਜਾਂਦੇ, ਉੱਥੇ ਵੀ ਦੇਖ ਲਿਓ, ਬਹੁਤ ਜ਼ਰੂਰੀ ਹੈਗਾ, ਫਿਰ ਵਿਆਹ ਵੂ ਸ਼ਾਦੀ ਦੀ ਐਵੇਂ ਰਹਿ ਜਾਂਦੀ ਹੈ। ਸਾਡੀ ਫਿਲਮ ਬਹੁਤ ਅੱਛੀ ਹੈ, ਬਹੁਤ ਹੀ ਅੱਛੀ ਹੈ, ਇੱਕ ਸ਼ਾਟ ਦਿੰਦੇ ਤਾਂ ਹੱਸ-ਹੱਸ ਕਮਲੇ ਹੋ ਜਾਂਦੇ ਆ, ਤੇ ਟੀਮ ਸਾਡੀ ਟੀਮ ਬਹੁਤ ਅੱਛੀ ਹੈ, ਪ੍ਰੋਡਿਊਸਰ ਬਹੁਤ ਅੱਛੇ ਨੇ, ਡਾਇਰੈਕਟਰ ਰਾਈਟਰ ਬਹੁਤ ਅੱਛੇ ਨੇ, ਔਰ ਸਾਡਾ ਇੰਨਾ ਫੈਮਿਲੀ ਮਾਹੌਲ ਬਣਿਆ ਹੋਇਆ, ਦੇਖੋ ਅਸੀਂ ਕਿਵੇਂ ਕਮਲ ਕੁੱਟੀ ਜਾਂਦੇ ਹਾਂ, ਕਿਸੇ ਨੂੰ ਕੁਛ ਕਹੀ ਜਾਂਦੇ, ਕਿਸੇ ਨੂੰ ਕੁਛ ਭੁੱਲਿਓ ਨਾ, ਇਹ ਬਹੁਤ ਅੱਛਾ ਸਬਜੈਕਟ ਹੈ, ਤੁਸੀਂ ਜ਼ਰੂਰ। ਥੈਂਕ ਯੂ ਬੇਬੇ, ਲਵ ਯੂ। ਸੰਗਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਭਾਅ ਜੀ ਦੇ ਪੇਜ ਤੋਂ ਲਾਈਵ ਹੋਏ ਹਾਂ, ਅੱਛੀ ਗੱਲ ਆ, ਤੁਸੀਂ ਸਾਰੀਆਂ ਫਿਲਮਾਂ ਨੂੰ ਬੜਾ ਪਿਆਰ ਦਿੱਤਾ, ਮੈਰਿਜ ਪੈਲਸ ਨੂੰ ਵੀ ਦੇਖਣ ਜਾਇਓ, ਹੁਣੇ ਹੀ ਮੈਂ ਕਹਿੰਦਾ ਬੁੱਕ ਕਰਵਾ ਲਓ, ਹਨਾ, ਡੇਟ ਤਾਂ ਭਾਅ ਜੀ ਨੇ ਅਨਾਊਂਸ ਕਰੀ ਸੀ 28 ਸਤੰਬਰ, ਸੋ 28 ਸਤੰਬਰ ਹੈ ਜੀ, ਅਤੇ ਬੜਾ ਵਧੀਆ ਜੀ, ਮੇਰਾ ਇੱਕ ਡਿਫਰੈਂਟ ਰੋਲ ਆ ਜੀ, ਤੁਹਾਨੂੰ ਸਾਰਿਆਂ ਨੂੰ ਹੈ ਫਨੀ ਆ, ਟੋਟਲ ਮਜ਼ਾਕੀ ਆ, ਅਤੇ ਉਮੀਦ ਕਰਦੇ ਹਾਂ ਜੀ, ਜਿੱਦਾਂ ਪਹਿਲਾਂ ਮੈਨੂੰ ਕਰੈਕਟਰਾਂ ਨੂੰ, ਮੇਰੇ ਕਰੈਕਟਰ ਨੂੰ ਪਸੰਦ ਕੀਤਾ, ਇਹਨੂੰ ਵੀ ਤੁਸੀਂ ਬਹੁਤ ਪਸੰਦ, ਦੋ ਬੋਟੀਆਂ ਨਾ ਬੰਦੇ। ਨਿਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੱਦਾਂ ਸਾਰੇ ਜਣੇ ਦੱਸੀ ਜਾਂਦੇ ਆ, ਸ਼ੂਟ ਚੱਲੀ ਜਾਂਦਾ, ਬਹੁਤ ਸੋਹਣੀ ਮੂਵੀ ਬਣ ਗਈ ਤੇ ਹੁਣ ਕਲਾਈਮੈਕਸ ਕਰ ਰਹੇ ਆ, ਤੇ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੂਗੀ ਮੂਵੀ, ਮੈਂ ਬਹੁਤ ਐਕਸਾਈਟਿਡ ਆ ਇਸ ਮੂਵੀ ਨੂੰ ਲੈ ਕੇ। ਤੇ ਹੁਣ ਸਭ ਤੋਂ ਜ਼ਰੂਰੀ ਬੰਦਾ ਜਾਨੀ ਕਿ ਮੇਰਾ ਬਾਪੂ, ਬਾਪੂ ਜੀ, ਬਾਪੂ ਜੀ 2 ਮਿੰਟ ਇੱਧਰ ਬੋਲੋ। ਸਤਿ ਸ਼੍ਰੀ ਅਕਾਲ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ, ਇਹ ਫਿਲਮ ਦੇ ਵਿੱਚ ਮੇਰੀ ਗੰਦੀ ਲਾਦ ਹੈ, ਕਿਉਂਕਿ ਹਰ ਫਿਲਮ ਦੇ ਵਿੱਚ ਮੈਂ ਆਪਣੀ ਗੰਦੀ ਲਾਦ ਬਦਲ ਲੈਂਦਾ, ਪਰ ਇੰਨੀ ਕਿ ਗੰਦੀ ਆ ਤੁਸੀਂ ਦੇਖ ਕੇ ਆਪ ਦੱਸੋਗੇ, ਪਰ ਜਿੰਨੀ ਗੰਦੀ ਹੋਵੇ ਉਨੀ ਹਿੱਟ ਹੁੰਦੀ ਆ, ਉਨੀ ਹਿੱਟ ਹੁੰਦੀ ਆ, ਔਰ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓਗੇ, ਜਿਹੜੀ ਅਸੀਂ 28 ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਾਂ, ਜਿਹਦਾ ਨਾਂ ਹੈ ਮੈਰਿਜ ਪੈਲੇਸ, ਔਰ ਇਸ ਫਿਲਮ ਲਈ ਅਸੀਂ ਜਿਹੜੇ ਬੰਦੇ ਫਸਾਏ ਨੇ ਪੈਸਾ ਖਰਚਣ ਲਈ, ਜਾਨੀ ਕਿ ਪ੍ਰੋਡਿਊਸਰ ਨੇ, ਉਹਨਾਂ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਉਣ ਜਾ ਰਹੇ ਹਾਂ, ਇਜ਼ ਮਿਸਟਰ ਹਰਸ਼ ਗੋਇਲ। ਹਰਸ਼ ਗੋਇਲ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤਾਂ ਸਾਡੀ ਇਹ ਪ੍ਰੋਡਕਸ਼ਨ ਹੈ, ਉਸ 'ਚ ਪਹਿਲੀ ਮੂਵੀ ਆ ਰਹੀ ਹੈ ਜੀ, ਤਾਂ ਸਾਨੂੰ ਹਾਂਜੀ, ਤਾਂ ਫਿਰ ਸਾਡੇ ਪ੍ਰੋਡਕਸ਼ਨ ਹੈ, ਉਸ 'ਚ ਪਹਿਲੀ ਮੂਵੀ ਆ ਰਹੀ ਹੈ, ਸੋ ਤੁਹਾਡੀ ਸਪੋਰਟ ਦੀ, ਤੁਹਾਡੀ ਹੈਲਪ ਦੀ ਸਾਨੂੰ ਬਹੁਤ ਬਹੁਤ ਲੋੜ ਹੈ ਜੀ, ਤਾਂ ਫਿਰ ਤਿਆਰ ਰਹੋ ਜੀ 28 ਸਤੰਬਰ ਨੂੰ, ਟਿਕਟ ਸੋਹਣੀ ਬੁੱਕ ਕਰਾ ਲਓ, ਅਸੀਂ ਤਾਂ ਫਿਰ ਉਹਨੀ ਕਰ ਦੇਣੀ ਹੈਗੀ ਸਰ। ਔਰ ਇਸ ਫਿਲਮ ਦੇ ਵਿੱਚ BN ਸ਼ਰਮਾ ਜੀ ਵੀ ਨੇ, ਹੋਰ ਬਹੁਤ ਸਾਰੇ ਫਨਕਾਰ ਨੇ ਜਿਹੜੇ ਕਿ ਅੱਜ ਸੈੱਟ ਤੇ ਨਹੀਂ ਆਏ, ਪਰ ਫਿਲਮ ਦੇ ਵਿੱਚ ਜ਼ਰੂਰ ਤੁਹਾਨੂੰ ਅਪਸੈਟ ਕਰਨਗੇ, ਉਹ ਤੁਸੀਂ ਦੇਖੋਗੇ 28 ਸਤੰਬਰ ਨੂੰ। ਔਰ ਇੱਕ ਕਿਰਦਾਰ ਹੋਰ ਨੇ ਜਿਹੜੇ ਕਿ ਸਾਡੇ ਇਸ ਫਿਲਮ ਦੇ ਡਾਇਰੈਕਟਰ ਨੇ, ਮਿਸਟਰ ਸੁਨੀਲ ਠਾਕਰ ਜੀ, ਉਹ ਤਾਂ ਕਿਤੇ ਮੈਨੂੰ ਦੇਖਦੇ ਨਹੀਂ, ਉਹਨਾਂ ਦੀ ਘਰਵਾਲੀ ਦਿਖਾ ਦਿੰਦਾ ਸਾਡੇ ਕੋਲ ਬੈਠੀ ਹੈ। ਐਂਡ ਮੈਰਿਜ ਪੈਲਸ ਐਡਵਾਂਸ ਬੁਕਿੰਗ ਕਰਾਣਾ ਸਾਡੀ ਪਿਕਚਰ ਨੂੰ, ਤੁਹਾਡੀ ਸਭੀਆਂ ਦੁਆਵਾਂ, ਆ ਗਏ ਜੀ ਬਾਪੂ ਸਾਹਿਬ ਵੀ ਆ ਗਏ, ਸਭ ਇਸ਼ੀ ਦੀ ਜ਼ਰੂਰਤ ਹੈ। ਹੁਣ ਤੁਸੀਂ ਦੇਖ ਲਿਆ ਜੀ ਜਿਹੜੀ ਘਰ ਵਾਲੀ ਐਡੀ ਸੋਹਣੀ ਆ, ਤੇ ਘਰ ਵਾਲਾ ਕਿੱਦਾਂ ਦਾ, ਉਹ ਤੁਸੀਂ ਸਭ ਨੇ ਦੇ ਲਓ, ਇਹ ਡਾਇਰੈਕਟਰ ਨੇ ਸਾਡੇ ਫਿਲਮ ਦੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਭੱਲਾ ਸਾਹਿਬ ਨਾਲ ਕਰ ਰਹੇ ਹਾਂ ਫਿਲਮ ਮੈਰਿਜ ਪੈਲਸ ਜੀ, ਮੇਰੀ ਡੈਬਿਊ ਫਿਲਮ ਹੈ, ਔਰ ਸਾਰਿਆਂ ਨੂੰ ਲਵ ਯੂ। ਆਹ ਦੇਖੋ ਕਿੰਨੇ ਬੰਦੇ ਸਾਡੀ ਫਿਲਮ ਦੀ ਸ਼ੂਟਿੰਗ ਦੇਖਣ ਆਏ, ਕੋਠੇ ਦੇਖਣ, ਆਹ ਦੇਖੋ ਸਾਰੇ। ਅੱਛਾ, ਕੀ ਬਾਤ ਹੈ, ਇੱਕ ਹੋਰ ਜ਼ਰੂਰੀ ਬੰਦਾ, ਹਾਂ ਇੱਕ ਬੰਦਾ ਹੋਰ, ਜਿਹੜੇ ਬੰਦੇ ਨੂੰ ਮੈਂ ਹੁਣ ਇੰਟਰੋਡਿਊਸ ਕਰਾਉਣ ਜਾ ਰਿਹਾ, ਤੁਸੀਂ ਹਜੇ ਸ਼ਾਇਦ ਚਿਹਰਾ ਉਹਨਾਂ ਦਾ ਚੰਗੀ ਤਰ੍ਹਾਂ ਨਹੀਂ ਪਹਿਚਾਣਿਆ ਹੋਊਗਾ, ਪਰ ਕਰਤੂਤਾਂ ਤੋਂ ਉਹਨਾਂ ਦੀਆਂ ਜ਼ਰੂਰ ਤੁਸੀਂ ਵਾਕਫ ਹੋ। ਪਹਿਲੀ ਕਰਤੂਤ ਤੁਸੀਂ ਉਹਨਾਂ ਦੀ ਦੇਖੀ ਆ, ਗੋਲਕ ਬੁਗਨੀ ਬੈਂਕ ਦੇ ਬਟੂਆ ਦੇ ਵਿੱਚ, ਜਿਨ੍ਹਾਂ ਨੇ ਆਪਣੇ ਹੱਥੀਂ ਸਾਰੇ ਡਾਇਲਾਗ ਲਿਖੇ, ਔਰ ਦੂਸਰੀ ਫਿਲਮ ਜਿਹੜੀ ਹੁਣੇ ਹੁਣੇ ਸੁਪਰਹਿਟ ਹੋਈ ਆ, ਵਧਾਈਆਂ ਜੀ ਵਧਾਈਆਂ, ਉਸ ਫਿਲਮ ਦੇ ਵੀ ਡਾਇਲਾਗ ਇਹਨਾਂ ਨੇ ਲਿਖੇ, ਔਰ ਤੀਸਰੀ ਫਿਲਮ ਜਿਹੜੀ ਹਿੱਟ ਹੋਣੀ ਆ, ਦਾਵੇ ਨਾਲ ਕਹਿ ਰਿਹਾ, ਜਿਸ ਫਿਲਮ ਦਾ ਨਾਂ ਹੈ ਮੈਰਿਜ ਪੈਲਸ, 28 ਸਤੰਬਰ ਨੂੰ ਰਿਲੀਜ਼ ਹੋਣੀ ਆ, ਇਸ ਦੇ ਡਾਇਲਾਗ ਵੀ ਲਿਖੇ ਨੇ
ਰਕੇਸ਼ ਧਵਨ। ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਇਹਨਾਂ ਮਾਨ ਦੇਣ ਲਈ ਭਾਜੀ। ਔਰ ਜਿਨ੍ਹਾਂ ਨੇ ਸਾਰਿਆਂ ਨੂੰ ਕੈਮਰਾ ਬੰਦ ਕੀਤਾ, ਕੈਮਰੇ ਦੇ ਵਿੱਚ ਬੰਦ ਕੀਤਾ, ਉਹ ਨੇ ਮਿਸਟਰ ਯੁਵਰਾਜ ਜੀ। ਸਤਿ ਸ੍ਰੀ ਅਕਾਲ ਸਭ ਨੂੰ। ਔਰ ਜਿਹੜੇ ਸਾਡੇ ਸਾਰਿਆਂ ਨੂੰ ਇੰਨੇ ਤਾਮ ਝਾਮ ਜੀ ਨੇ ਇਕੱਠਾ ਕੀਤਾ, ਸਾਰਿਆਂ ਨੂੰ ਜੋੜਿਆ, ਸਾਰੇ ਕਲਾਕਾਰਾਂ ਨੂੰ ਜਿਨ੍ਹਾਂ ਦੇ ਬੜੇ ਬੜੇ ਪੈਸਿਆਂ ਦੇ ਰੇਟ ਸੀ, ਉਹਨਾਂ ਨੂੰ ਘਟਾਇਆ। ਆ ਸ਼ਖਸ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਹੈਪੀ ਗੋਇਲ ਪਿਕਚਰਸ ਵੱਲੋਂ 28 ਤਰੀਕ ਨੂੰ ਫਿਲਮ ਆ ਰਹੀ ਹੈ। ਸ਼ੈਰੀ ਭਾਜੀ ਦੀ ਬਹੁਤ ਘੈਂਟ ਵਾਪਸੀ ਹੋ ਰਹੀ ਹੈਗੀ ਆ, ਸਾਰਿਆਂ ਨੇ ਦੇਖਣੀ ਹੈਗੀ ਜੀ, ਬਹੁਤ ਇੰਟਰਟੇਨਮੈਂਟ ਫੈਮਿਲੀ ਫਿਲਮ ਹੈ ਜੀ ਸਾਰਿਆਂ। ਇਹਨਾਂ ਦਾ ਨਾਮ ਸੀਗਾ ਜੀ ਮਿਸਟਰ ਸ਼ੁਭਮ ਚੰਦਰਚੂੜ ਸਿੰਘ। ਹਾਂਜੀ, ਹੋਰ ਕਿਸੇ ਨੂੰ ਬੁਲਾਉਣਾ, ਇੱਕ ਫਤਿਹ ਬੁਲਾਈਏ। ਫਿਰ ਬਸ ਸਾਨੂੰ ਤੁਹਾਡੇ ਸਪੋਰਟ ਦੀ, ਹੈਲਪ ਦੀ ਲੋੜ ਹੈ, ਤੁਹਾਡੇ ਬੈਸਟ ਵਿਸ਼ਸ ਦੀ ਲੋੜ ਹੈ। ਤੇ ਸ਼ੈਰੀ ਭਾਈ ਦਾ ਕੰਮ ਹੈਗਾ ਕਾਫੀ ਟਾਈਮ ਬਾਅਦ, ਤਾਂ ਤੁਹਾਨੂੰ ਹੋਪਫੁਲੀ 28 ਸਤੰਬਰ ਤੇ ਤੁਹਾਨੂੰ ਨਿਰਾਸ਼ ਹੋਣ ਨਹੀਂ ਦੇਵਾਂਗੇ। ਫੈਮਿਲੀ ਫਿਲਮ ਹੈ ਜੀ, ਸੁਪਰ ਕਾਮੇਡੀ ਹੈ, ਜ਼ਰੂਰ ਦੇਖਣ ਜਾਇਓ। ਅਤੇ ਤੁਹਾਡੀ ਸਪੋਰਟ, ਤੁਹਾਡਾ ਲਵ, ਬੈਸਟ ਵਿਸ਼ਿਸ, ਸਭ ਕੁਝ ਸਾਨੂੰ ਚਾਹੀਦਾ। ਸੋ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਗੁੱਡ ਨਾਈਟ, ਲਵ ਯੂ।